सब्सक्राइब करें हमारा ऑफिशियल यूट्यूब चैनल और बेल आइकन दबा कर पाएं सभी नोटिफिकेशन। सत श्री अकाल जी, मैं हां तुहाडे नाल परमीत कौर वालिया। MH1 देख रहे सारे ही दर्शकों का बहुत बहुत स्वागत है। तो जी, अज जो स्टारकास्ट साडे नाल जुड़न वाली है ना, उन्हां दी मूवी आ रही है साक, तो वेलकम करो उन्हां दा नाम है मैंडी ठाकर ते जोबन प्रीत दी। मैंडी ते जोबन, बहुत बहुत स्वागत है MH1 ते, सत श्री अकाल। की हाल चाल है मैंडी ते जोबन? मतलब बहुत क्यूट जी केमिस्ट्री है, की राज है इस केमिस्ट्री के पीछे? ਮੜੰਗਾ ਮਿਲਦਾ ਥੋੜਾ ਬਹੁਤ। ਆਈ ਮੀਨ ਜੋਬਨ ਆਪਣੇ ਆਪ ਨੂੰ ਜ਼ਿਆਦਾ ਸੋਹਣਾ ਮੰਨਦਾ ਹੈ ਮੇਰੇ ਨਾਲੋਂ। ਮੈਂ ਨਹੀਂ ਮੰਨਦਾ ਹੈਗਾ। ਨਹੀਂ ਨਹੀਂ, ਮਜ਼ਾਕ ਕਰ ਰਹੀ ਹਾਂ। ਹੈਗਾ ਹੀ ਹੈ ਮੇਰੇ ਨਾਲੋਂ ਜ਼ਿਆਦਾ ਸੋਹਣਾ, ਬਟ ਆਈ ਥਿੰਕ ਪਤਾ ਨਹੀਂ, ਸਾਡੇ ਸ਼ਾਇਦ ਨੈਣ ਨਕਸ਼ ਥੋੜੇ ਬਹੁਤ ਮਿਲਦੇ ਨੇ ਤਾਂ ਹੀ ਜ਼ਿਆਦਾ ਕੈਮਿਸਟਰੀ ਵਧੀਆ ਲੱਗ ਰਹੀ ਹੈ। ਗੁਗਲੂ ਮੁਗਲੂ ਹਾਂ ਅਸੀਂ ਦੋਨੋਂ, ਲਾਈਕ ਚਬੀ ਚੀਕਸ ਐਂਡ ਬਰੋਡ ਸ਼ੋਲਡਰਸ, ਇਹੀ ਹੋ ਸਕਦਾ ਹੈ, ਸੇਮ ਸਮਾਈਲ। ਤੇ ਮੈਂਡੀ, ਮੂਵੀ ਬਾਰੇ ਦੱਸੋ, ਮਤਲਬ ਮੂਵੀ ਦੇ ਅੰਦਰ ਕੀ ਕੈਰੈਕਟਰ ਹੈ, ਕੀ ਕੁਝ ਮੂਵੀ ਦੇ ਅੰਦਰ ਹੈ? ਸੀ, ਮੂਵੀ ਫਸਟ ਆਫ ਆਲ ਇਸ ਪੀਰੀਓਡਿਕ ਡਰਾਮਾ ਹੈ, ਰੋਮਾਂਟਿਕ ਹੈ, ਰੋਮਾਂਟਿਕ ਕਾਮੇਡੀ, ਐਂਡ ਬਹੁਤ ਟਾਈਮ ਬਾਅਦ ਮੈਂ ਇੱਕ ਫੁੱਲ ਔਨ ਰੋਮਾਂਟਿਕ ਕਮਰਸ਼ੀਅਲ ਮੂਵੀ ਕਰ ਰਹੀ ਹਾਂ। ਐਂਡ ਮੇਰੇ ਕਿਰਦਾਰ ਦਾ ਨਾਮ ਹੈ ਚੰਨ ਕੌਰ, ਅਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਰਦਾਰ ਨੂੰ ਹਾਂ ਕਰਨਾ, ਕਿਉਂਕਿ ਚੰਨ ਕੌਰ ਫਸਟ ਆਫ ਆਲ ਉਹ ਬਹੁਤ ਸੋਹਣੀ ਹੁੰਦੀ ਹੈ, ਬੱਚਿਆਂ ਪਿੰਡਾਂ ਤੋਂ ਸਭ ਤੋਂ ਸੋਹਣੀ ਕੁੜੀ। ਸੋ ਮੈਂ ਇੰਨਾ ਜ਼ਿਆਦਾ ਬੋਦਰ ਨਹੀਂ ਕਰਦੀ, ਜਿੱਦਾਂ ਹੈਅਰ ਮੇਕਅਪ ਲੁੱਕਸ ਵੀ ਕਦੇ ਕਦੇ ਕਰਦੀ ਹਾਂ, ਕਦੇ ਕਦੇ ਨਹੀਂ, ਕਦੇ ਕਦੇ ਢਿੱਲਾ ਕੰਮ ਛੱਡ ਦਿੰਦੀ ਹਾਂ। ਸੋ ਇੱਕ ਤਾਂ ਉਹ ਪ੍ਰੈਸ਼ਰ ਜਿਹਾ ਬਹੁਤ ਸੀ ਕਿ ਕਿਰਦਾਰ ਵਿੱਚ ਫਿੱਟ ਵੀ ਹੋਣਾ ਆ, ਸੋਹਣੇ ਵੀ ਲੱਗਣਾ ਆ। ਐਂਡ ਉਸ ਤੋਂ ਇਲਾਵਾ ਪੀਰੀਓਡਿਕ ਡਰਾਮਾ ਹੈ 1971, ਉਸ ਟਾਈਮ ਲੜਕਾ ਲੜਕੀ ਇੱਕ ਦੂਸਰੇ ਨੂੰ ਦੇਖਦੇ ਨਹੀਂ ਸੀ ਵਿਆਹ ਕਰਨ ਤੋਂ ਪਹਿਲਾਂ, ਪਿੰਡ ਲਾਈਫ ਹੈ, ਫੁੱਲ ਔਨ ਪਿੰਡ ਲਾਈਫ ਹੈ। ਸੋ ਉਸਨੂੰ ਅਡੈਪਟ ਕਰਨਾ, ਅਡੋਪਟ ਕਰਨਾ ਮੇਰੇ ਲਈ ਉਹ ਐਜ਼ ਇਟ ਇਜ਼ ਥੋੜ੍ਹਾ ਜਿਹਾ ਚੈਲੇਂਜਿੰਗ ਹੋ ਜਾਂਦਾ ਹੈ। ਐਂਡ ਉਸ ਤੋਂ ਇਲਾਵਾ ਆਈ ਮੀਨ ਇਟਸ ਅ ਬਿਊਟੀਫੁਲ ਫਿਲਮ, ਮਤਲਬ ਇਟਸ ਬਿਗਿਨਿੰਗ ਟੂ ਲੈ ਕੇ ਐਂਡ ਤੱਕ ਇੱਕ ਸਟਰਗਲ ਦਿਖਾਇਆ ਗਿਆ ਹੈ ਮੇਨ ਕਿਰਦਾਰ ਦਾ, ਜੋ ਹੈ ਜੋਬਨਪ੍ਰੀਤ ਸਿੰਘ। ਉਹਨਾਂ ਦਾ ਸਟਰਗਲ ਕਿ ਪਹਿਲਾਂ ਚੰਨ ਕੌਰ ਨੂੰ ਲੱਭਣਾ, ਫਿਰ ਚੰਨ ਕੌਰ ਨੂੰ ਆਪਣੇ ਵੱਲ ਕਰਨਾ, ਫਿਰ ਉਸਨੂੰ ਮਤਲਬ ਸਾਖ ਪ੍ਰਪੋਜ਼ ਕਰਨਾ, ਫਿਰ ਸਾਖ ਵਿੱਚ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, ਕੀ ਸਸਪੈਂਸਿਸ ਆਉਂਦੇ ਨੇ, ਕੀ ਟਵਿਸਟ ਆਉਂਦੇ ਨੇ। ਸੋ ਇਟਸ ਇਟਸ ਨਾਈਸ, ਇਟਸ ਅ ਫੀਲ ਗੁੱਡ ਫਿਲਮ। ਜੋਬਨਪ੍ਰੀਤ ਦਾ ਜੋ ਕਰੈਕਟਰ ਹੈ ਜੋਬਨ, ਬੜੇ ਕਿਊਟ ਫੌਜੀ ਜਿਹਾ ਜੋ ਕਰੈਕਟਰ ਹੈ ਨਾ, ਬਹੁਤ ਸੋਹਣਾ ਲੱਗ ਰਿਹਾ ਉਹ। ਮਤਲਬ ਉਹ ਤੁਸੀਂ ਆਪਣੇ ਕਰੈਕਟਰ ਬਾਰੇ ਦੱਸੋ, ਮਤਲਬ ਕੀ ਕੁਛ ਤੁਹਾਡਾ ਹੈ ਕਰੈਕਟਰ? ਫੌਜੀ ਹੈ ਜੀ, ਬੜਾ ਅਸੂਲਾਂ ਦਾ ਪੱਕਾ ਦਿਖਾਇਆ ਹੋਇਆ, ਪਰ ਅਸੂਲਾਂ ਦਾ ਪੱਕਾ ਦੋਸਤ ਆ ਉਹਦਾ ਭੋਲਾ, ਮੁਕਲਦੇਵ ਭਾਅ ਜੀ ਕਰ ਰਹੇ ਨੇ ਰੋਲ, ਪਰ ਉਹਨੂੰ ਪਿਆਰ ਹੋ ਜਾਂਦਾ, ਪੰਗਾ ਇੱਥੇ ਪੈ ਜਾਂਦਾ। ਅਤੇ ਜਦੋਂ ਉਹਨੂੰ ਪਿਆਰ ਹੋ ਜਾਂਦਾ ਤਾਂ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ, ਉੱਧਰ ਉਹਦਾ ਬਾਪੂ ਕਹਿੰਦਾ ਮੁੰਡਾ ਫੌਜੀ ਨਹੀਂ ਹੋਣਾ ਚਾਹੀਦਾ। ਸੋ ਉਹ ਬਹੁਤ ਵਧੀਆ, ਮਤਲਬ ਫਿਲਮ ਦੇ ਵਿੱਚ ਹੁੱਕ ਲਾਈਨ ਆ ਉਹ, ਫੌਜੀ ਕਿਉਂ ਨਹੀਂ ਹੋਣਾ ਚਾਹੀਦਾ, ਮੈਸੇਜ ਵੀ ਬਹੁਤ ਵਧੀਆ। ਸੋ ਇੱਦਾਂ ਦੀ ਬਸ ਇਹਦੇ ਨਾਲ ਹੀ ਘੁੰਮੀ ਜਾਂਦੀ ਸਟੋਰੀ। ਅਤੇ ਜੋਬਨ, ਮੈਂ ਟ੍ਰੇਲਰ ਵੇਖਿਆ, ਟ੍ਰੇਲਰ ਦੇ ਅੰਦਰ ਨਾ ਤੁਸੀਂ ਉਹ ਮਤਲਬ ਇੱਕ ਤੋਂ ਕਿਊਟ ਜਿਹਾ ਫੌਜੀ ਹੈ, ਉੱਪਰੋਂ ਪ੍ਰਪੋਜ਼ ਕਰ ਰਿਹਾ, ਮਤਲਬ ਉਹ ਵੀ ਬਹੁਤ ਸੋਹਣਾ ਲੱਗ ਰਿਹਾ। ਮਤਲਬ ਮੈਂ ਚਾਹੁੰਦੀ ਹਾਂ ਸਾਡੇ ਦਰਸ਼ਕ ਵੀ ਉਹ ਦੇਖੇ, ਮਤਲਬ ਕਿਸ ਤਰ੍ਹਾਂ ਜੋਬਨ ਨਾ ਪ੍ਰਪੋਜ਼ ਕਰਦਾ ਹੈ, ਇੱਕ ਵਾਰੀ ਹੋ ਜਾਏ। ਅੱਛਾ, ਉਹ ਨਾ ਸੀਨ ਅਸਲ 'ਚ ਕਹਿ ਲਓ ਵੀ ਜਦੋਂ ਉਹ ਹੁੰਦਾ ਸੀ ਨਾ ਸੀਨ, ਉਹ ਦੋ ਲਾਸਟ ਡੇ ਸੀਗਾ ਸ਼ੂਟ ਦਾ। ਸੋ ਇੱਕੋ ਹੀ ਸ਼ਾਰਟ ਸੀ ਮੇਰਾ, ਇੱਕੋ ਹੀ ਡਾਇਲੋਗ ਪੈਂਡਿੰਗ ਸੀਗਾ, ਮਤਲਬ ਦੋ ਦਿਨ ਇਹਨਾਂ ਨੇ ਨੱਚਦੇ ਰਹੇ, ਮੈਨੂੰ ਉਹਨਾਂ ਨੇ ਡਾਇਲੋਗ ਨਹੀਂ ਕਰਨ ਦਿੱਤਾ, ਉਹ ਠੰਡ ਦੇ ਵਿੱਚ ਮੈਨੂੰ ਕੋਸਟਿਊਮ ਪਵਾ ਕੇ ਰੱਖਿਆ। ਐਂਡ ਆਫ ਦਾ ਡੇ ਜਦੋਂ 6 ਵਜੇ ਮੈਨੂੰ DOP ਕਹਿ ਰਿਹਾ ਵੀ ਆਪਣੇ ਕੋਲ ਸਿਰਫ 30 ਮਿੰਟ ਨੇ, ਸੂਟ ਚਲੇ ਜਾਏਗਾ, ਉਸਕੇ ਬਾਅਦ ਸ਼ਾਰਟ ਨਹੀਂ ਹੋਗਾ। ਔਰ ਜਿਹੜਾ ਸ਼ਾਰਟ ਸੀਗਾ ਉਹ ਕੰਧ ਡਿੱਗਣੀ ਸੀਗੀ ਅਤੇ ਮੈਂ ਪ੍ਰਪੋਜ਼ ਕਰਨਾ ਸੀ ਉਹ। ਸੋ ਉਹਦੇ ਉੱਥੇ ਜਦੋਂ ਜਿੰਨੇ ਕੁ ਸੀ ਗੈਦਰਿੰਗ, ਆਲਮੋਸਟ 200 ਦੇ ਕਰੀਬ ਸੀਗੇ, ਹੈ ਨਾ। ਸੋ ਸਾਰੇ ਲਾਈਵ ਦੇਖ ਰਹੇ ਸੀ ਅਤੇ ਮੈਂਡੀ ਨੂੰ ਵੀ ਨਹੀਂ ਪਤਾ ਸੀ ਡਾਇਲੋਗ ਕੀ ਆ। ਜਦੋਂ ਕੰਧ ਡਿੱਗਦੀ ਆ, ਜਦੋਂ ਮੈਂ ਖੜਾ ਹੁੰਦਾ, ਮੈਂ ਕਹਿੰਦਾ ਮੈਂ ਫੌਜੀ ਕਰਮ ਸਿੰਘ ਆਪ ਜੀ ਨੂੰ ਬਹੁਤ ਪਸੰਦ ਕਰਦਾ, ਮੇਰੀ ਬੇਬੇ ਬਹੁਤ ਸਾਊ ਹੈ, ਤਾਂ ਤੁਹਾਡੀ ਪੂਰੀ ਚੜ੍ਹਾਈ ਹੈ ਜੀ, ਅਤੇ ਮੈਂ ਤੁਹਾਡੇ ਨਾਲ ਛੁੱਟੀ ਵਿਆਹ ਕਰਾ ਕੇ ਜਾਣਾ ਚਾਹੁੰਦਾ। ਸੋ ਇਹ ਲੰਬਾ ਡਾਇਲੋਗ ਹੈ ਕਾਫੀ ਇਹਦੇ ਨਾਲੋਂ ਵੀ। ਸੋ ਮਰ ਇੱਥੇ ਮੇਰੇ ਕੋਲ ਇੰਨਾ ਕੁ ਜਾਣ ਨਹੀਂ। ਵਧੀਆ ਕੀਤਾ, ਵੈਰੀ ਗੁੱਡ। ਅਤੇ ਜੋਬਨ, ਪਹਿਲੀ ਮਤਲਬ ਤੁਹਾਡੀ ਫਿਲਮ ਹੈ, ਫਰੈਸ਼ ਫੇਸ ਪੰਜਾਬੀ ਇੰਡਸਟਰੀ ਨੂੰ ਮਿਲ ਰਿਹਾ, ਕਿਵੇਂ ਦੀ ਫੀਲਿੰਗ ਹੈ, ਕਿਵੇਂ ਦਾ ਸਭ ਕੁਝ ਚੱਲ ਰਿਹਾ?
देखो जी ये गल सच्चाई है थोड़ी बिल्कुल मैं कोई जानता नहीं है ना नवा चेहरा लोगों सारे मेरे जो देखते हैं मैं उन्होंने कबूल करना भी औखा लगता भी कौन आ किमें आ क्यों आ है ना सो सुभाविक होंगे ने गल सो मैं यही कहना चाहता कि भी मेहनत करी आ चंगा तो लग रहा मतलब आलमोस्ट काफ़ी सालों के लगे सी कलाकारी के लैंच थिएटर के लगे हुए थे है ना सो फिल्म का मतलब जो जिनी चिर बनी आ उदों तो लैके हुण तक जिदा मेरे जेडे नाल जो मेरे दोस्त मित्र रेंदे ने है ना उन्होंने पता मैं किन्ने मेरे चार तो पांच घंटे की नींद आ सारी है ना क्योंकि प्रोजेक्ट डिजाइन करन तो लैके हुण तक सारा धुराई बनया होया फिर रहा वड्डी जिम्मेवारी लैके चल रहा सो तो एक गल होर मैं कहनी चाहागा भी पहला तो किसी कलाकार से छेती भी इनवैसट नहीं करता है मतलब जो जिदी ऑडियंस ना हो गए है ना बेसिकली सो साडे प्रोड्यूसर साहब ने बड़ा वड्डा जिगरा रख्या जिन्होंने मतलब कदे पिट नहीं लगन दी हमेशा साथ बनाई रखा कदे भी यही गल आने दी भी हाँ भी जो बना क्यों आ किमें आ जिहड़ी चीज़ मैं उन्होंने कहा भाजी आह चीज़ आपां रिक्वायरमेंट आ फिल्म दे विच तां ओह मेरी पूरी हुई आ सो थैंक यू वेरी मच रुपिंदर भाजी ते जय मनिहास भाजी सो उन्हां दा बड़ा बड़ा मतलब आशीर्वाद रहा इस प्रोजेक्ट दे विच मैनूं निभाउण लई ते मैं मैनूं हुण तक इह लग रहा मैं उहदे तक खरा भी उतरिया हुण मैनूं हुण तक लग रहा बाकी 6 तरीक नूं तुसीं आप ही दस दिओ भी साडी मेहनत जां रंग लिआउंदे तां वी दस दिओ ਚੰਗੀ ਲੱਗੀ ਤਾਂ ਜ਼ਰੂਰ ਫੀਡਬੈਕ ਦੇ ਦਿਓ ਸਾਨੂੰ ਨਹੀਂ ਬਿਲਕੁਲ ਜੋਬਨ ਮਿਹਨਤ ਜੀ ਹੈ ਨਾ ਉਹ ਬਿਲਕੁਲ ਰੰਗ ਲਾਏਗੀ ਅੱਛਾ ਜਦੋਂ ਪਹਿਲੀ ਵਾਰ ਮੌਕਾ ਮਿਲਿਆ ਸੀ ਨਾ ਕਿ ਯਾਰ ਮੈਂਡੀ ਦੇ ਨਾਲ ਕੰਮ ਕਰਨਾ ਹੈ ਤੇ ਮੈਂਡੀ ਹਾਂ ਕਰੇਗੀ ਕਿ ਨਹੀਂ ਕਰੇਗੀ ਮਤਲਬ ਉਹ ਵੀ ਥੋੜਾ ਬਹੁਤ ਨਰਵਸਨੈਸ ਵੀ ਸੀ ਨਾ ਕਰਤੀ ਸੀਗੀ ਜੀ ਇਹਨਾਂ ਨੇ ਅੱਛਾ ਮੈਂ ਹਾਂ ਕਰਤੀ ਬਾਅਦ ਵਿੱਚ ਇਹਨਾਂ ਨੇ ਨਾ ਕਰਤੀ ਸੀ ਸਟੋਰੀ ਸੁਣ ਕੇ ਤੇ ਮਤਲਬ ਜੋਬਨ ਦੀ ਫੋਟੋ ਦੇਖ ਕੇ ਮਤਲਬ ਹਾਂ ਕਰ ਦਿੱਤੀ ਹਾਂਜੀ ਫਿਰ ਉਹ ਸਾਕ ਵਾਲੀ ਫੀਲਿੰਗ ਯੂ نو ਜਦੋਂ ਤੁਸੀਂ ਇੱਕ ਜ਼ਮਾਨੇ ਵਿੱਚ ਉਹ ਫੋਟੋ ਦੇਖ ਕੇ ਮੁੰਡੇ ਨੂੰ ਹਾਂ ਜਾਂ ਨਾ ਕਰਨੀ ਹੁੰਦੀ ਹੈ ਮੈਨੂੰ ਬਸ ਉਹ ਚਾਂਸ ਲੈਣਾ ਪਿਆ ਗੈਂਬਲ ਲੈਣਾ ਪਿਆ ਪਰ ਆਈ ਐਮ ਰੀਲੀ ਹੈਪੀ ਐਂਡ ਆਈ ਐਮ ਰੀਲੀ ਗਲੈਡ ਕਿ ਮੈਂ ਉਹ ਹਾਂ ਕਰ ਦਿੱਤੀ ਬਿਲਕੁਲ ਤੇ ਮਤਲਬ ਜਦੋਂ ਪਹਿਲੀ ਮੁਲਾਕਾਤ ਹੋਈ ਸੈੱਟ 'ਚ ਮਤਲਬ ਉਹ ਕਿਦਾਂ ਦੀ ਸੀ ਇਟ ਵਾਸ ਆਈ ਥਿੰਕ ਜੋਬਨ ਥੋੜਾ ਨਰਵਸ ਸੀਗਾ ਬਿਕਾਜ਼ ਆਬਵੀਅਸਲੀ ਮੈਨੂੰ ਕਹਿੰਦੇ ਨੇ ਹੁਣ ਤਾਂ ਪਤਾ ਨਹੀਂ ਪਰ ਕਹਿੰਦੇ ਨੇ ਕਿ ਮੈਂ ਨਹੀਂ ਸੀ ਥੋੜਾ ਜਿਹਾ ਤੁਸੀਂ ਕਿਹਾ ਤਾਂ ਸੀ ਕਿ ਮੈਂ ਤੁਹਾਡਾ ਫੈਨ ਅੱਛਾ ਮੈਂ ਦਾਦਾ ਮੈਂ ਨਹੀਂ ਤੁਸੀਂ ਕਿਹਾ ਸੀ ਮੈਂ ਤੁਹਾਡਾ ਫੈਨ ਹੈ ਚੁੱਕਾ ਸੀ ਮੈਂ ਤੁਹਾਡਾ ਫੈਨ ਹੈ ਫੈਨ ਸੀ ਤਾਂ ਫਿਰ ਮੈਂ ਥੋੜਾ ਜਿਹਾ ਨਰਵਸਨੈਸ ਫੀਲ ਹੋ ਰਹੀ ਸੀ ਮੈਨੂੰ ਵੀ ਨਹੀਂ ਕਾਲ ਕੀਤਾ ਨਾ ਇਹਨਾਂ ਨੇ ਆਈ ਥਿੰਕ ਵੈਨਿਟੀ ਵੈਨ ਵਿੱਚ ਇਹਨਾਂ ਨੇ ਆਪ ਵੀ ਦਰਵਾਜ਼ਾ ਨਹੀਂ ਖਟਖਟਾਇਆ ਮੇਰੀ ਮੈਨੇਜਮੈਂਟ ਨੂੰ ਫੋਨ ਗਿਆ ਫਿਰ ਥੋੜੀ ਜੀ ਵੇਟ ਹੋਈ ਫਿਰ ਜਾ ਕੇ ਮੈਨੂੰ ਮਿਲੇ ਤਾਂ ਇਹਨਾਂ ਦਾ ਐਕਸਪੀਰੀਅੰਸ ਮੇਰੇ ਨਾਲ ਵਧੀਆ ਰਿਹਾ ਕਿ ਮੈਂ ਬਹੁਤ ਵਧੀਆ ਰਿਹਾ ਪਰ ਮੈਂ ਇਹੀ ਕਹੂੰਗਾ ਵੀ ਜਦੋਂ ਜਦੋਂ ਮਤਲਬ ਨਰਵਸ ਸੀਗਾ ਐਕਸਾਈਟਮੈਂਟ ਵੀ ਸੀਗੀ ਤੇ ਹੈ ਨਾ ਕੁਝ ਕਿੱਦਾਂ ਦਾ ਵੀ ਸਟਾਰ ਨੂੰ ਹੈ ਨਾ ਮਿਲਣਾ ਇੱਕ ਮੇਰੀ ਕੋਈ ਹੋਂਦ ਨਹੀਂ ਸੀ ਹੈ ਨਾ ਮੈਂ ਵੀ ਹੁਣ ਵੀ ਨਹੀਂ ਕਹਿੰਦਾ ਹੈਗਾ ਕੋਈ ਸੋ ਜਦੋਂ ਇਹਨਾਂ ਨੂੰ ਮਿਲਣ ਗਿਆ ਸੀਗਾ ਅੰਦਰ ਗਿਆ ਸੋ ਬੜੇ ਹੰਬਲ ਕਾਇੰਡ ਮਤਲਬ ਇੱਦਾਂ ਮਿਲੇ ਵੀ ਜਿੱਦਾਂ ਕੋਈ ਫਰਕ ਹੀ ਨਹੀਂ ਹੈਗਾ ਜਿੱਦਾਂ ਮੈਂ ਤਾਂ ਬਹੁਤ ਚਿਰ ਦੀ ਜਾਣਦੀ ਆ ਸੋ ਐਦਾਂ ਇਹਨਾਂ ਦੀ ਸੀ ਉਸ ਤੋਂ ਬਾਅਦ ਮਤਲਬ ਸਾਡੀ ਆਈ ਥਿੰਕ ਸੌਰੀ ਟੂ ਕੱਟ ਯੂ ਥੇਅਰ ਬਟ ਸਾਡੀ ਬਿਗਿਨਿੰਗ ਤੋਂ ਹੀ ਵਧੀਆ ਪੋਜ਼ਿਟਿਵ ਵਾਈਬਸ ਸਿੱਖੀਆਂ ਸਾਰੇ ਪ੍ਰਤੀ ਪੂਰੀ ਟੀਮ ਹੀ ਮਤਲਬ ਸਾਡੇ ਜਿਹੜੇ ਡਾਇਰੈਕਟਰ ਤੇ ਰਾਈਟਰ ਨੇ ਕਮਲਜੀਤ ਜੀ ਦੈਨ ਸਾਡੇ ਪ੍ਰੋਡਿਊਸਰਸ ਰੁਪਿੰਦਰ ਮਿਨਹਾਸ ਜੇ ਮਿਨਹਾਸ ਯੂ ਨੋ ਸਾਡੇ ਡੀਓਪੀ ਕਾਰਤਿਕ ਜੋ ਸਪੈਸ਼ਲੀ ਸਾਊਥ ਇੰਡੀਆ ਤੋਂ ਆਏ ਸੀ ਯੂ ਨੋ ਵਿੱਕੀ ਜਿਹੜਾ ਐਸੋਸੀਏਟ ਡਾਇਰੈਕਟਰ ਵੀ ਐਂਡ ਆਲਸੋ ਸਾਡੇ ਐਡੀਟਰ ਵੀ ਯੂ ਨੋ ਸੋ ਪੂਰੀ ਯੂਨਿਟ ਹੀ ਇੱਕ ਬਹੁਤ ਹੀ ਯੂ ਨੋ ਵਧੀਆ ਤਰੀਕੇ ਨਾਲ ਸਾਰਿਆਂ ਨੇ ਕੰਮ ਕੀਤਾ ਜੋਬਨ ਮੇਰਾ ਸਵਾਲ ਤੁਹਾਡੇ ਤੋਂ ਹੈ ਜਦੋਂ ਤੁਸੀਂ ਮੈਂਡੀ ਨਾਲ ਕੰਮ ਕਰ ਰਹੇ ਹੋ ਤਾਂ ਮਤਲਬ ਮੈਂਡੀ ਨਾਲ ਕੰਮ ਕਰਨਾ ਡਿਫਿਕਲਟ ਜਾ ਹੈ ਜਾਂ ਬੜਾ ਸੌਖਾ ਜਾ ਹੈ ਨਹੀਂ ਡਿਫਿਕਲਟ ਤਾਂ ਨਹੀਂ ਕਹਿ ਸਕਦਾ ਐਕਸਾਈਟਮੈਂਟ ਸੀ ਨਰਵਸ ਸੀ ਥੋੜ੍ਹਾ ਜਿਹਾ ਪਰ ਇਹਨਾਂ ਨੇ ਸਾਂਭ ਲਿਆ ਸੀ ਇਹਨਾਂ ਨੇ ਬੜੇ ਤਰੀਕੇ ਨਾਲ ਸਾਂਭਿਆ ਮਤਲਬ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਮੈਂ ਐਡੀ ਵੱਡੀ ਸਟਾਰ ਹਾਂ ਜਾਂ ਤੂੰ ਨਵਾਂ ਹੈ ਨਾ ਸੋ ਉਹ ਬੜੇ ਹੰਬਲ ਅਤੇ ਕਾਇੰਡ ਤਰੀਕੇ ਨਾਲ ਮੇਰੇ ਨਾਲ ਮਤਲਬ ਉੱਥੇ ਸਾਰਾ ਸੈੱਟ ਤੇ ਇਹਨਾਂ ਨਾਲ ਰਿਹਾ ਸੋ ਵਧੀਆ ਰਿਹਾ ਤਾਂ ਕਰਕੇ ਸਮੂਥਲੀ ਆਪਾਂ ਪੋਜ਼ਿਟਿਵ ਵਾਈਬਸ ਪਹਿਲਾਂ ਤੋਂ ਹੀ ਸਾਰਿਆਂ ਨੂੰ ਫੀਲ ਹੋ ਰਹੀਆਂ ਸੀ ਸੋ ਇਹਦੇ ਤੇ ਕੋਈ ਗੱਲ ਹੀ ਨਹੀਂ ਸੀਗੀ ਐਂਡ ਇਨਫੈਕਟ ਹੁਣ ਯੂ ਨੋ ਅਸੀਂ ਇੱਦਾਂ ਹੀ ਲੜਦੇ ਆ ਜਿੱਦਾਂ ਘਰ ਕਰੇ ਆਪਣੇ ਯੂ ਨੋ ਪਰਿਵਾਰ ਨਾਲ ਲੜਦੇ ਆ ਤਾਂ ਉਦਾਂ ਹੀ ਮੰਨ ਜਾਂਦੇ ਆ ਯੂ ਨੋ ਇਟਸ ਨਾਈਸ ਤੇ ਮਸਤੀਆਂ ਵੀ ਕਿਤੀਆਂ ਹੋਣੀਆਂ ਫਿਰ ਤੇ ਪਤਾ ਮਸਤੀਆਂ ਘੱਟ ਹੀ ਕੀਤੀਆਂ ਬਿਕਾਜ਼ ਮੇਨ ਫੋਕਸ ਫਿਲਮ ਸੀ ਯੂ ਨੋ ਐਂਡ ਉਹ ਥੋੜ੍ਹਾ ਜਿਹਾ ਇੱਕ ਡਰ ਵੀ ਹੁੰਦਾ ਹੈ ਕਿਉਂਕਿ ਪੂਰੀ ਟੀਮ ਪਹਿਲੀ ਵਾਰੀ ਇੱਕ ਐਡਾ ਵੱਡਾ ਪ੍ਰੋਜੈਕਟ ਕਰ ਰਹੀ ਸੀ ਮੇਰੇ ਤੇ ਵੀ ਪ੍ਰੈਸ਼ਰ ਸੀਗਾ ਕਿ ਮੈਂ ਕਿਰਦਾਰ ਦੇ ਵਿੱਚੋਂ ਨਿਕਲਾਂ ਨਾ ਯੂ ਨੋ ਉਹ ਪੁਰਾਣੀ ਵਾਈਬ ਨੂੰ ਬਰਕਰਾਰ ਰੱਖਾਂ ਸੋ ਮਸਤੀਆਂ ਤਾਂ ਮੀਨਸ ਪਿਆਰ ਨਾਲ ਕੰਮ ਕੀਤਾ ਸਾਰਿਆਂ ਨਾਲ ਰਲ ਮਿਲ ਕੇ ਬਟ ਮਸਤੀ ਘੱਟ ਹੀ ਹੋਈ ਸੀਗੀ ਕਿਉਂਕਿ ਮੈਂ ਦੱਸਾਂ ਵੀ ਹਰ ਟਾਈਮ ਹਰ ਦਿਨ ਇੱਕ ਨਵਾਂ ਸਵੇਰਾ ਹੁੰਦਾ ਸੀ ਨਵੀਂ ਇੱਕ ਟਾਰਗੇਟ ਹੁੰਦਾ ਸੀਗਾ
ਵੀ ਬਿਨਾਂ ਕਿਸੇ ਗੱਲਬਾਤ ਤੇ ਬਿਨਾਂ ਕਿਸੇ ਟੈਨਸ਼ਨ ਦੇ ਬਿਨਾਂ ਕਿਸੇ ਸ਼ੋਟ ਦੇ ਰਹੇ ਇਹ ਕੰਪਲੀਟ ਹੋ ਜਾਵੇ, ਕੋਈ ਮਤਲਬ ਪੰਗਾ ਨਾ ਖੜਾ ਹੋਵੇ। ਸੋ ਉਸ ਡਰ ਕਾਰਨ ਅਸੀਂ ਵਧੀਆ ਕਰਦੇ ਗਏ ਕੰਮ। ਸੋ ਡਰ ਜ਼ਰੂਰੀ ਹੁੰਦਾ, ਕਹਿੰਦੇ ਡਰ ਨਾਲ ਕੁਛ ਜ਼ਿਆਦਾ ਬੈਟਰਮੈਂਟ ਹੋ ਜਾਂਦੀ ਆ। ਸੋ ਡਰ ਵੀ ਸੀਗਾ ਉਹ ਭੈ ਦੇ ਚੱਕਰ ਦੇ ਵਿੱਚ ਅਸੀਂ ਵੀ ਕੁਛ ਖਰਾਬ ਨਾ, ਕਿਉਂਕਿ ਡਰ ਸੁਭਾਵਿਕ ਇੱਦਾਂ ਸੀਗਾ, ਕਿਉਂਕਿ ਜਦੋਂ ਪ੍ਰੋਡਿਊਸਰ ਸਾਹਿਬ ਨੂੰ ਮੈਂ ਇਹ ਸਕ੍ਰਿਪਟ ਦੱਸੀ ਸੀਗੀ ਜਾਂ ਗੱਲ ਕਰੀ ਸੀ, ਸਾਰਾ ਕੁਛ ਬੈਂਡਰ ਐਵਰੀਥਿੰਗ ਲਾਈਨਅਪ ਮੈਂ ਕਰੇ ਸੀਗੇ। ਸੋ ਇੱਕ ਵੱਡੀ ਜ਼ਿੰਮੇਵਾਰੀ ਸੀਗੀ ਮੇਰੇ ਸਿਰ 'ਤੇ, ਐਡੀ ਜ਼ਿੰਮੇਵਾਰੀ ਮੈਨੂੰ ਲੱਗਦਾ ਸੀਗਾ ਵੀ ਮੈਂ ਸੰਭਾਲਣੀ ਬਹੁਤ ਜ਼ਰੂਰੀ ਸੀ। ਜੇ ਮੈਂ ਮਾੜਾ ਮੋਟਾ ਵੀ ਇੱਧਰ ਉੱਧਰ ਕਰਦਾ ਤਾਂ ਸ਼ਾਇਦ ਸਾਡਾ ਜਿਹੜਾ ਸ਼ੂਟ ਆ ਉਹ ਟਾਈਮ 'ਤੇ ਨਾ ਕੰਪਲੀਟ ਹੁੰਦਾ ਜਾਂ ਕੋਈ ਟ੍ਰਬਲ ਆ ਜਾਂਦੀ। ਸੋ ਉਸ ਟ੍ਰਬਲ 'ਤੇ ਡਰਦੇ ਡਰਦੇ ਮਤਲਬ ਸੰਭਲ ਕੇ ਚੱਲੇ ਹਾਂ ਇੱਕ ਇੱਕ ਸਟੈਪ ਵੀ। ਜੀ, ਅਤੇ ਜੋਬਨ ਮਤਲਬ ਐਂਡ 'ਚ ਮੈਂਡੀ ਨੇ ਹਾਂ ਕਰਤੀ ਸੀ ਕਿ ਨਹੀਂ? ਨਹੀਂ, ਉਹ ਤਾਂ ਤੁਸੀਂ 6 ਤਰੀਕ ਨੂੰ ਦੇਖੋਗੇ, 6 ਨੂੰ ਪਤਾ ਲੱਗਣਾ ਉਹਦਾ ਹੀ। ਹਾਂ ਕੀਤੀ ਵੀ ਆ, ਜੇ ਹਾਂ ਕੀਤੀ ਵੀ ਆ, ਈਜ਼ੀਲੀ ਨਹੀਂ ਕੀਤੀ। ਕੀਤੀ ਤਾਂ ਹੁਣ ਪਤਾ ਲੱਗੇਗਾ। ਮੈਂ ਇਹ ਕਹਿੰਦੀ ਕਿ ਜੇ ਹਾਂ, ਮੈਂ ਕਹਿੰਦੀ ਜੇ ਹਾਂ ਕੀਤੀ ਵੀ ਆ, ਈਜ਼ੀਲੀ ਨਹੀਂ ਕੀਤੀ। ਜੇ ਹਾਂ ਕੀਤੀ ਹੋਊਗੀ, ਜੇ ਹਾਂ ਕੀਤੀ ਹੋਊਗੀ ਤਾਂ ਫਿਰ ਆਈ ਐਮ ਸ਼ੋਰ ਮੈਂ ਈਜ਼ੀਲੀ ਨਹੀਂ ਕੀਤੀ ਹੋਊਗੀ। ਤੇ ਮੈਂਡੀ ਜੋ ਪਰ ਮੈਨੂੰ ਨਹੀਂ ਲੱਗਦਾ ਕੀਤੀ ਹੋਊਗੀ। ਅੱਛਾ, ਹਾਂ ਤੇ ਮੈਂਡੀ ਜੋ ਬੰਦਾ ਜੋ ਕੰਮ ਕਰਨ ਦਾ ਤਰੀਕਾ ਹੈ, ਮਤਲਬ ਉਹ ਕਿਵੇਂ ਦਾ ਤਰੀਕਾ ਹੈ, ਮਤਲਬ ਕਿਵੇਂ ਦੇ ਇਨਸਾਨ ਨੇ? ਵੈਰੀ 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 ਮਿਹਨਤੀ, ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਪ੍ਰੀ ਪ੍ਰੋਡਕਸ਼ਨ, ਪੋਸਟ ਪ੍ਰੋਡਕਸ਼ਨ, ਐਡੀਟਿੰਗ, ਮੀਨ ਹੁਣ ਵੀ ਲੱਗੇ ਰਹਿੰਦੇ ਨੇ ਕਿ ਸੈਂਸਰ ਆ ਗਿਆ, ਆਹ ਹੋ ਗਿਆ, ਉਹ ਹੋ ਗਿਆ। ਸੋ ਇਹਨਾਂ ਨੂੰ ਬਹੁਤ ਨੌਲੇਜ ਹੈ। ਮੈਨੂੰ ਲੱਗਦਾ ਸੀ ਕਿ ਨਿਊ ਕਮਰ ਨੇ ਐਂਡ ਯੂ ਨੋ ਹੀ ਵੋਂਟ ਨੋ ਮਚ, ਬਟ ਇਹਨਾਂ ਨੂੰ ਫਿਲਮ ਮੇਕਿੰਗ ਐਂਡ ਪੂਰੀ ਫਿਲਮ ਨੂੰ ਕੰਪਲੀਟ ਕਰਵਾਉਣਾ ਇਹਨਾਂ ਦਾ, ਮੀਨ ਪੂਰਾ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ। ਸਾਡੀ ਫਿਲਮ ਰਿਲੀਜ਼ ਇਸ ਲਈ ਹੋ ਰਹੀ ਹੈ ਕਿਉਂਕਿ ਜੋਬਨ ਨੇ ਪੁਸ਼ ਕਰ ਕਰਕੇ ਸਾਰਾ ਕੁਛ ਸਬਮਿਟ ਕੇ ਫਿਲਮ ਪੂਰੀ ਕਰਵਾ ਦਿੱਤੀ ਅਤੇ ਕਰ ਦਿੱਤੀ ਹੈ। ਸੋ ਆਈ ਨੋ ਜੋਬਨ ਬਹੁਤ ਅੱਗੇ ਜਾਣਗੇ, ਬਹੁਤ ਜ਼ਿਆਦਾ ਅੱਗੇ ਜਾਣਗੇ, ਅਤੇ ਆਈ ਐਮ ਰੀਲੀ ਆਈ ਜਸਟ ਵਿਸ਼ ਹਿਮ ਆਲ ਦ ਬੈਸਟ। ਐਂਡ ਆਈ ਨੋ ਕਿ ਇਹ ਸਿਰਫ ਇਹ ਬਹੁਤ ਵਧੀਆ ਲਿਖਦੇ ਵੀ ਨੇ ਐਂਡ ਇਹ ਬਹੁਤ ਵਧੀਆ ਫੋਟੋਗ੍ਰਾਫੀ ਵੀ ਬਹੁਤ ਵਧੀਆ ਕਰਦੇ ਨੇ, ਹਾਲਾਂਕਿ ਮੇਰੀ ਫੋਟੋ ਨਹੀਂ ਖਿੱਚਦੇ, ਇੱਕ ਦੋ ਵਾਰ ਖਿੱਚੀਆਂ ਨੇ, ਉਸ ਤੋਂ ਬਾਅਦ ਕਹਿੰਦੇ ਤੂੰ ਤਾਂ ਮੈਨੂੰ ਫੋਟੋਗ੍ਰਾਫਰ ਰੱਖ ਲੈਣਾ, ਆਈ ਐਮ ਨੋਟ ਕਲਿਕਿੰਗ ਐਨੀ ਮੋਰ ਪਿਕਚਰਸ, ਬਟ ਹੀ ਇਜ਼ ਵੈਰੀ ਮਲਟੀ ਟੈਲੈਂਟਡ। ਮੈਂ ਇੱਕ ਚੀਜ਼ ਕਲੀਅਰ ਕਰਨੀ ਚਾਹੁੰਦਾ ਵੀ ਜਿਹੜੀ ਫਿਲਮ ਦੇ ਵਿੱਚ ਮੈਂ ਇਕੱਲੇ ਨੇ ਨਹੀਂ ਮਿਹਨਤ ਕੀਤੀ, ਸਾਰੀ ਟੀਮ ਨੇ ਮਿਹਨਤ ਕੀਤੀ ਆ, ਕਿਉਂਕਿ ਹਰ ਬੰਦਾ ਮੇਰੇ ਨਾਲ ਜੁੜਿਆ ਸੀਗਾ ਪਿਆਰ ਦੀ ਖਾਤਰ, ਦੋਸਤੀ ਦੀ ਖਾਤਰ ਜੁੜਿਆ ਸੀਗਾ, ਚਾਹੇ ਉਹ ਡਾਇਰੈਕਸ਼ਨ ਟੀਮ ਆ, ਚਾਹੇ ਉਹ ਪ੍ਰੋਡਕਸ਼ਨ ਟੀਮ ਆ, ਚਾਹੇ ਉਹ ਕੋਸਟਿਊਮ ਵਾਲੇ ਆ, ਚਾਹੇ ਉਹ ਟਰਾਂਸਪੋਰਟ ਆ, ਐਵਰੀ ਵਨ ਮਤਲਬ ਜੁੜਿਆ ਸੀ ਮੇਰੇ ਨਾਲ ਦੋਸਤੀ ਪਿਆਰ ਦੇ ਨਾਤੇ, ਹੈ ਨਾ। ਸੋ ਸਾਡੇ ਪ੍ਰੋਡਿਊਸਰ ਸਾਹਿਬ ਵੀ ਇੱਦਾਂ ਹੀ, ਉਹ ਵੀ ਮਤਲਬ ਦਿਲੋਂ ਜੁੜੇ ਹੋਏ ਸੀਗੇ, ਉਹਨਾਂ ਦੀ ਇੱਕ ਸਾਨੂੰ ਸਾਰਿਆਂ ਨੂੰ ਇੱਕ ਹੁੰਦਾ ਨਾ ਵੀ ਆਪਾਂ ਕੋਈ ਕੰਮ ਸ਼ੁਰੂ ਕਰਨ ਲੱਗਦੇ ਹਾਂ, ਚਾਹ ਹੁੰਦਾ, ਇੰਨੀ ਪਾਵਰ ਨਾਲ ਲੱਗੇ, ਸਟਰੈਂਥ ਨਾਲ ਲੱਗੇ ਸੀ। ਸੋ ਸਾਰਿਆਂ ਨੇ ਮਿਹਨਤ ਕਰੀ ਆ, ਹੁਣ ਵਿੱਕੀ ਕਦਮ ਲਾ ਲਓ ਸਾਡਾ ਐਡੀਟਰ, DOP ਡਾਇਰੈਕਟਰ ਸਾਹਿਬ ਕਮਲ ਭਾਜੀ, ਕਾਰਤਿਕ ਸ਼ੋਕਨ DOP, ਉਹ ਹੁਣ ਵੀ ਮੇਰੇ ਨਾਲ ਮਤਲਬ ਡੇਲੀ ਇੰਟਰਵਿਊ ਦੇ ਵਿੱਚ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ ਨਾਲ ਨਾਲ। ਸੋ ਮਤਲਬ ਐਂਡ ਆਫ ਦਾ ਡੇ ਲਾਸਟ 15 ਦਿਨਾਂ 'ਚ ਮੈਨੂੰ ਲੱਗਦਾ DOP 'ਤੇ ਵਿੱਕੀ ਦਾ ਜ਼ੋਰ ਸਭ ਤੋਂ ਜ਼ਿਆਦਾ ਲੱਗਿਆ ਹੋਇਆ। ਤੇ ਮੈਂਡੀ ਅਸੀਂ ਮਤਲਬ ਟ੍ਰੇਲਰ ਦੇ ਅੰਦਰ ਕੈਮਿਸਟਰੀ ਤਾਂ ਵੇਖੀ ਹੈ, ਬਟ ਜੋ ਇੰਟੈਂਸ ਰੋਮਾਂਸ ਹੈ ਨਾ ਉਹ ਵੀ ਵੇਖਣ ਨੂੰ ਮਿਲ ਰਿਹਾ, ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਵੇਖ ਕੇ। ਆਈ ਥਿੰਕ ਸਾਡਾ DOP ਵਾਸ ਲਾਈਕ ਸਾਰਾ ਕੁਛ ਉਹਨੇ ਬਹੁਤ ਲਾਰਜਰ ਦੈਨ ਲਾਈਫ ਦਿਖਾਇਆ, ਯੂ ਨੋ ਉਹਦੀ ਟੇਕਿੰਗ ਕਰਨ ਦਾ ਸਟਾਈਲ, ਫਿਰ ਉੱਪਰੋਂ ਸਾਡੇ ਕੋਸਟਿਊਮਸ, ਲੋਕੇਸ਼ਨ, ਸਾਰਾ ਕੁਛ ਬਸ ਫਿੱਟ ਹੋ ਗਿਆ, ਯੂ ਨੋ ਵਧੀਆ ਤਰੀਕੇ ਨਾਲ, ਜਦੋਂ ਹੀਰੋ ਹੀਰੋਇਨ ਫਿੱਟ ਹੋ ਜਾਣ। ਹਾਂਜੀ ਹਾਂਜੀ, ਸਾਡੀ ਸਟਾਈਲਿਸਟ ਐਂਡ ਡਿਜ਼ਾਈਨਰ ਦੀਪ ਮਥਾਰੂ, ਗੋਡ ਬਲੈਸ ਹਰ, ਸ਼ੀ ਇਜ਼ ਫ্রম ਲੁਧਿਆਣਾ, ਐਂਡ ਉਹਨਾਂ ਨੇ ਬਹੁਤ ਮਿਹਨਤ ਕੀਤੀ, ਕਲਰ ਉਹਨਾਂ ਨੇ ਨੈਚੁਰਲ ਕਲਰ ਯੂਜ਼ ਕਰੇ ਸੀ ਸਾਰੇ, ਮਤਲਬ ਜਦੋਂ ਕੋਸਟਿਊਮ ਕਰਨ ਤੋਂ ਪਹਿਲਾਂ। ਹਾਂ ਦੀਪ ਦੀ ਗੱਲ ਨਾ, ਉਹ ਵੀ ਸਾਡੇ ਨਾਲ ਇਦਾਂ ਹੀ ਜੁੜੀ ਸੀ ਬੜੇ ਪਿਆਰ ਨਾਲ, ਹੈ ਨਾ। ਸੋ ਮੈਂ ਇਹੀ ਪਹਿਲਾਂ ਹੀ ਦੱਸਿਆ ਸੀ, ਸਾਰੇ ਬੈਂਡਰ ਮੇਰੇ ਨਾਲ ਦਿਲੋਂ ਜੁੜੇ ਹੋਏ ਸੀਗੇ, ਕਿਸੇ ਨਾਲ ਇਹ ਨਹੀਂ ਸੀਗਾ ਵੀ ਕੋਈ ਪ੍ਰੋਫੈਸ਼ਨਲ ਬਿਜ਼ਨਸ ਕਰਨ ਨਹੀਂ ਆਇਆ ਸੀਗਾ ਮੇਰੇ ਨਾਲ ਫਿਲਮ ਦੇ ਵਿੱਚ। ਸੋ ਹਰੇਕ ਬੰਦੇ ਲਈ ਇਹੀ ਸੀਗੇ ਵੀ ਜੋ ਬੰਦੇ ਤੇਰੀ ਪਹਿਲੀ ਫਿਲਮ ਆ ਆਪਾਂ ਚੱਕ ਦੇਣੇ ਆ ਫੱਟੇ, ਮਤਲਬ ਇਦਾਂ ਦਾ ਸਾਰਿਆਂ ਦਾ ਜੋਸ਼ ਸੀਗਾ। ਬਿਲਕੁਲ ਨਹੀਂ, ਤੁਸੀਂ ਚੱਕ ਦੇ ਫੱਟੇ ਹੈ, ਤੇ ਮਤਲਬ ਅਸੀਂ ਟ੍ਰੇਲਰ 'ਚ ਵੀ ਵੇਖ ਰਹੇ ਹਾਂ, ਅਤੇ ਮੂਵੀ ਵੀ ਜ਼ਬਰਦਸਤ ਹੋਣੀ ਹੈ। ਅੱਛਾ, ਅਤੇ ਜੋਬਨ ਮੈਂ ਤੁਹਾਡੇ ਗੱਲ ਪੁੱਛਣਾ ਚਾਹੁੰਦੀ ਹਾਂ, ਪੰਜਾਬੀ ਇੰਡਸਟਰੀ ਨੂੰ ਜਿਵੇਂ ਕਿ ਇੱਕ ਫਰੈਸ਼ ਫੇਸ ਮਿਲ ਰਿਹਾ, ਇੱਕ ਟਰਬਨ ਫੇਸ ਮਿਲ ਰਿਹਾ, ਬਹੁਤ ਟਾਈਮ ਤੋਂ ਬਾਅਦ ਮਿਲ ਰਿਹਾ, ਅਤੇ ਮਤਲਬ ਕਿਵੇਂ ਦੀ ਪੂਰੀ ਕੀ ਪੂਰੀ ਫੀਲਿੰਗ ਹੈ, ਮਤਲਬ ਤੁਸੀਂ ਅੱਗੇ ਹੋਰ ਕੁਛ ਮਤਲਬ ਅੱਗੇ ਕਿਸ ਚੀਜ਼ ਤੋਂ ਹੋਰ ਵਧਣਾ ਚਾਹੋਗੇ?
ਮੈਨੂੰ ਪਲੀਜ਼, ਮਤਲਬ ਕਿ ਫਰੈਸ਼ ਫੇਸ ਮਿਲ ਰਿਹਾ ਪੰਜਾਬੀ ਫਿਲਮ ਇੰਡਸਟਰੀ ਨੂੰ, ਯੂ ਨੋ ਟਰਬਨ ਟਰਬਨ ਇੱਕ ਸਰਦਾਰ ਜੀ ਮਿਲ ਰਹੇ ਨੇ ਇੰਡਸਟਰੀ ਨੂੰ, ਤੁਸੀਂ ਅੱਗੇ ਜਾ ਕੇ ਤੁਹਾਡੇ ਕੀ ਪਲਾਨਸ ਨੇ, ਤੁਸੀਂ ਅੱਗੇ ਜਾ ਕੇ ਕੀ ਕਰਨਾ ਚਾਹੋਗੇ, ਕਿਸ ਤਰ੍ਹਾਂ ਦੇ ਫਿਲਮਸ? ਮੈਂ ਇਦਾਂ ਹੀ, ਮੈਂ ਪਹਿਲਾਂ ਤਾਂ ਮੈਂ ਟਰਬਨ 'ਚ ਹੀ ਰਹਿਣਾ ਹੈ ਨਾ, ਮੈਂ ਕੋਈ ਚੇਂਜ ਨਹੀਂ ਕਰਨ ਲੱਗਿਆ, ਕਿਉਂਕਿ ਜੋ ਮਤਲਬ ਪੱਗ ਬੰਨ ਕੇ ਮੈਨੂੰ ਸਕੂਨ ਮਿਲਿਆ, ਸ਼ਾਇਦ ਮੈਨੂੰ ਉਹ ਕਟਿੰਗ 'ਚ ਕਦੇ ਨਹੀਂ ਮਿਲਿਆ ਹੈਗਾ ਸੀਰੀਅਸਲੀ ਸਾ, ਹੈ ਨਾ। ਸੋ ਫਿਊਚਰ ਦੇ ਪਲਾਨ ਹੈਗੇ ਨੇ, ਕਰੀ ਜਾ ਰਿਹਾ ਨਾਲ ਨਾਲ ਜੀ, ਸੈਟਅਪ ਹੈਗੇ ਆ। ਸੋ ਅੱਗੇ ਵੀ ਦੋ ਤਿੰਨ ਪਲਾਨ ਹੈਗੇ ਨੇ, ਅਸੀਂ ਕਰ ਰਹੇ ਹਾਂ, ਜਲਦੀ ਅਨਾਊਂਸਮੈਂਟ ਕਰਾਂਗੇ ਉਹਨਾਂ ਦੀ। ਤੇ ਜੋ ਬਨ ਫਟਾਫਟ ਜੇ ਦੋ ਕੁਆਲਿਟੀਜ਼ ਨਾ ਮੈਂਡੀ ਬਾਰੇ ਦੱਸ ਦਿਓ। ਮੈਂਡੀ ਇਜ਼ ਵੈਰੀ ਕਾਈਂਡ ਐਂਡ ਹੰਬਲ, ਮਤਲਬ ਸਟਰੋਂਗ ਪਰਸਨ, ਮਤਲਬ ਐਡੀ ਬੌਸ ਬੌਸ ਟਾਈਪ, ਸੀਰੀਅਸਲੀ, ਮਤਲਬ ਬੌਸ ਵੀ ਆ, ਹੰਬਲ ਵੀ ਆ, ਕਾਈਂਡ ਵੀ ਆ, ਸਾਰੀਆਂ ਕੁਆਲਿਟੀਆਂ ਮੈਂਡੀ ਦੇ ਵਿੱਚ ਹੈਗੀਆਂ ਨੇ। ਥੈਂਕ ਯੂ। ਅਤੇ ਮੈਂਡੀ ਜੋਬਨ ਬਾਰੇ? There's too many qualities, but kuch main das dindi hai, he's very true hearted, bahut mehnti hai, bahut kind hai, bahut loving hai towards everybody, bahut honest ne, bahut loyal ne, like matlab mainu kade kade te shak hon lapanda ki idda da insaan bhi hunda hai, I'm like mainu das dindi, mainu har interview vich natto nak par dinde hai, it's the truth, oh banta bhi hai, halanki saadi kich pich bahut hundi rehndi hai, you know, like we like kids, ਛੋਟੀ ਛੋਟੀ ਗੱਲ ਤੇ ਤੂੰ ਮੇਰਾ ਮਤਲਬ ਆਪਾ ਖਾ ਲਿਆ, ਤੂੰ ਲੇਟ ਆ ਗਿਆ, ਯੇ ਵੋ, ਬਟ ਆਈ ਏਮ ਗਲੈਡ ਆਈ ਫਾਊਂਡ ਅ ਵੈਰੀ ਗੁੱਡ ਫਰੈਂਡ ਇਨ ਜੋਬਨ। ਤੇ ਮੈਂਡੀ ਤੇ ਜੋਬਨ ਆਪਣੇ ਦਰਸ਼ਕਾਂ ਨੂੰ ਕੀ ਕੁਝ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ? ਮੈਂ ਕਹਾਂ ਪਹਿਲਾਂ? ਅੱਛਾ, ਮੈਂ ਹੀ ਕਹੂੰਗਾ ਜੀ, ਮੈਂ ਬੇਸ਼ੱਕ ਨਵਾਂ, ਪਰ ਮੈਂ ਬਹੁਤ ਟਰਾਈ ਕੀਤੀ ਹੈ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂ। ਸੋ ਬੜੀ ਮਿਹਨਤ ਕਰਕੇ ਪਹਿਲੀ ਫਿਲਮ ਬਣਾ ਕੇ ਲੈ ਕੇ ਤੁਹਾਡੇ ਸਾਹਮਣੇ ਆਇਆ। ਸੋ ਟਰਾਈ ਇਹੀ ਕੀਤੀ ਹੈ ਕਿ ਤੁਸੀਂ ਇਹਨੂੰ 2 ਘੰਟੇ ਪੂਰਾ ਇੰਟਰਟੇਨ ਕਰੋ, ਸਾਡੀਆਂ ਜੋ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਸਮਝੋ, ਇੰਜੋਏ ਕਰੋ, ਆਪਣੀ ਫੈਮਿਲੀ ਨਾਲ ਜਾਵੋ, ਬੱਚਿਆਂ ਨਾਲ ਜਾਵੋ, ਪੇਰੈਂਟਸ ਨਾਲ ਜਾਵੋ, ਜਾਂ ਫਿਰ ਬੋਏਫ੍ਰੈਂਡ ਗਰਲਫ੍ਰੈਂਡ ਵੀ ਜਾ ਸਕਦੇ ਆ, ਸਾਰੀ ਜਾਵੋ। ਸੋ ਇਹਨੂੰ ਇੰਜੋਏ ਕਰੋ। ਜੇ ਆਪਾਂ ਤੁਸੀਂ ਘਰੋਂ ਗਏ ਹੋ, ਆਊਟਿੰਗ ਕਰਨ ਗਏ ਹੋ, ਘੁੰਮਣ ਗਏ, ਤਾਂ ਸਾਡੀ ਸਾਖ ਫਿਲਮ ਜ਼ਰੂਰ ਦੇਖ ਕੇ ਆਓ, ਇਹ ਤੁਹਾਨੂੰ ਨਿਰਾਸ਼ ਨਹੀਂ ਕਰੂਗੀ। ਥੈਂਕ ਯੂ। ਮੈਂ ਤੁਸੀਂ ਕੀ ਕਹੋਗੇ? ਤੁਸੀਂ ਕੀ ਕਹੋਗੇ? ਹਾਂਜੀ, ਮੇਰਾ ਅਪੀਲ ਵੀ ਸੇਮ ਹੀ ਹੈ, ਤੁਹਾਨੂੰ ਬਹੁਤ ਪਸੰਦ ਆਏਗੀ। ਸੋ 6th of September ਸਾਕ ਆਪਣੇ ਪੂਰੀ ਫੈਮਿਲੀ ਨਾਲ, ਪੂਰੇ ਲਾਈਕ ਫਰੈਂਡ ਸਰਕਲ ਨਾਲ ਜਾ ਕੇ ਜ਼ਰੂਰ ਇੰਜੋਏ ਕਰੋ। ਥੈਂਕ ਯੂ। ਥੈਂਕ ਯੂ ਸੋ ਮਚ ਮੈਂਡੀ ਤੇ ਜੋਬਨ ਸਾਡੇ ਨਾਲ ਜੁੜਨ ਲਈ। ਥੈਂਕ ਯੂ। ਤੇ ਲਓ ਜੀ, ਫਿਰ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।